ਸਾਡੇ ਕੋਲ ਆਲਰੇਡੀ ਇੱਕ ਗੱਡੀ ਜਿਸ ਨੂੰ ਬਰੋਂਟੋ ਸਕਾਈ ਲਿਫਟ ਕਹਿੰਦੇ ਹਾਂ ਪੁੱਡਾ ਵਾਲਿਆਂ ਕੋਲ ਹੈ ਉਹ ਅਸੀਂ ਵਰਤ ਰਹੇ ਹਾਂ ਮੁਹਾਲੀ ਅਤੇ ਜ਼ਰਕਪੁਰ ਵਿੱਚ ਖੜੀ ਕੀਤੀ ਹੋਈ ਹੈ ਡੰਡੀ ਜਿਹੜੀ ਗੱਡੀ ਬਾਹਰੋਂ ਆਏਗੀ ਉਹ ਲੁਧਿਆਣਾ ਜਾਏਗੀ ਕਿਉਂਕਿ ਲੁਧਿਆਣਾ ਬਹੁਤ ਹਾਈ ਰਾਈਜ਼ ਬਿਲਡਿੰਗਸ ਹਨ ਡੰਡੀਸ ਤੋਂ ਇਲਾਵਾ ਜਿਹੜੇ-ਜਿਹੜੇ ਵੀ ਸਮਾਨ ਦੀ ਲੋਡ ਹੈ ਉਹ ਅਸੀਂ ਮਹੱਈਆ ਕਰਵਾਈ ਜਾਵਾਂਗੇ ਡੰਡੀ ਮਿਸ ਨਰਿੰਦਰ ਕੌਰ ਭਰਾਜ ਸਪੀਕਰ ਸਾਹਿਬ ਮੈਂ ਮੰਤਰੀ ਸਾਹਿਬ ਤੋਂ ਪੁੱਛਣਾ ਚਾਹੁੰਦੀ ਹਾਂ ਖਾਸ ਤੌਰ ਤੇ ਪੰਜਾਬ ਦੇ ਜਿਹੜੇ ਛੋਟੇ ਵਪਾਰੀ ਹਨ ਜਿਨ੍ਹਾਂ ਦਾ ਕਈ ਵਾਰ ਅਲੱਗ ਲੱਗਣ ਅੱਗ ਲੱਗਣ ਕਾਰਨ ਨੁਕਸਾਨ ਹੋ ਜਾਂਦਾ ਹੈ ਕੀ ਉਹਨਾਂ ਨੂੰ ਮੁਆਵਜ਼ਾ ਦੇਣ ਲਈ ਕੋਈ ਪਰੋਵੀਜ਼ਨ ਹੈ ਜਿਸ ਦੇ ਰਾਹੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾ ਸਕਦਾ ਹੋਵੇ ਡੰਡੀ ਦੂਸਰਾ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਫਾਇਰ ਬ੍ਰਿਜ ਦੇ ਜਿਹੜੇ ਮੁਲਾਜ਼ਮ ਕਰਮਚਾਰੀ ਹਨ ਉਹਨਾਂ ਦੀ ਭਰਤੀ ਤਾਂ ਹੋ ਜਾਂਦੀ ਹੈ ਪਰ ਤਨਖਾਹਾਂ ਹਾਂ ਲੋਕਲ ਕਮੇਟੀ ਜਾਂ ਮਿਊਨਿਸਪਲ ਕਮੇਟੀ ਵਾਲੇ ਦਿੰਦੇ ਹਨ ਡੰਡੀ ਕਈ ਕਮੇਟੀਆਂ ਤਾਂ ਇਸ ਤਰ੍ਹਾਂ ਦੀਆਂ ਹਨ ਜਿਹੜੀਆਂ ਤਨਖਾਹਾਂ ਨਹੀਂ ਦੇ ਸਕਦੀਆਂ ਹਨ ਡੰਡੀ ਸਟਾਫ ਦੇ ਵਿੱਚ ਇਸ ਨਾਲ ਦਿੱਕਤ ਆਉਂਦੀ ਹੈ ਉਹਨਾਂ ਦੇ ਲਈ ਅਸੀਂ ਕੀ ਵਿਚਾਰ ਕਰ ਰਹੇ ਹਾਂ ਡੰਡੀ ਸਥਾਨਕ ਸਰਕਾਰ ਮੰਤਰੀ ਸਪੀਕਰ ਸਾਹਿਬ ਇਹ ਸੱਚੀ ਗੱਲ ਹੈ ਕਿ ਕਈ ਕਮੇਟੀਆਂ ਦੀ ਫਾਈਨੈਂਸ਼ੀਅਲ ਹੈਲਥ ਬਹੁਤ ਮਾੜੀ ਹੈ ਕਈ ਜਗ੍ਹਾ ਤਨਖਾਹਾਂ ਦੇਣੀਆਂ ਬੜੀਆਂ ਔਖੀਆਂ ਹੁੰਦੀਆਂ ਹਨ ਡੰਡੀ ਇਸ ਕਰਕੇ ਅਸੀਂ ਇਹ ਵੀ ਸੋਚ ਰਹੇ ਹਾਂ ਕਿ ਕੋਈ ਸੈਂਟਰਲ ਫੰਡ ਕ੍ਰੀਏਟ ਹੋ ਜਾਵੇ ਜਿਸ ਦੇ ਨਾਲ ਇਹਨਾਂ ਦੀਆਂ ਤਨਖਾਹਾਂ ਦਿੱਤੀਆਂ ਜਾ ਸਕਣ ਖਾਸ ਤੌਰ ਤੇ ਜਿਵੇਂ ਡੇਰਾ ਬਾਬਾ ਨਾਨਕ ਹੈ ਆਜ ਜਿੱਥੇ ਕੇ ਫਾਇਰ ਬ੍ਰਿਜ ਰੱਖਣੀ ਵੀ ਬਹੁਤ ਲਾਜ਼ਮੀ ਹੈ ਲੇਕਿਨ ਉਥੇ ਕਮੇਟੀ ਕੋਲ ਬਿਲਕੁਲ ਵੀ ਕੋਈ ਪੈਸਾ ਦੇਣ ਨੂੰ ਨਹੀਂ ਹੈ ਡੰਡੀ ਸਟਾਪ